ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਾਂ ਹੁਣ ਆਪਣੇ ਪਿੰਡ 'ਚੋਂ ਬਾਹਰ ਹੋ ਰਹੇ ਹਾਂ, ਬਸ ਆਹ ਪਿੰਡ ਦੇ ਵਿੱਚ ਅਖੀਰਲਾ ਮਿੰਟ ਆ, ਹੁਣ ਆਪਾਂ ਰੋਡ 'ਤੇ ਪੈ ਜਾਣਾ ਜੀ। ਦਿੱਲੀ ਨੂੰ ਜਾ ਰਹੇ ਹਾਂ। ਅੰਗਦ ਨੂੰ ਕੋਈ ਆਈਡੀਆ ਨਹੀਂ ਹਲੇ ਕਿੱਥੇ ਜਾ ਰਹੇ ਹਾਂ, ਇਹਨੇ ਬਹੁਤ ਰੌਲਾ ਪਾਇਆ, ਕਹਿੰਦਾ ਆਪਾਂ ਆਪਣੀ ਗੱਡੀ 'ਚ ਕਿਉਂ ਨਹੀਂ ਗਏ ਹੈਗੇ, ਪਰ ਆਪਣੀ ਗੱਡੀ ਹੁਣ ਘਰੇ ਖੜੀ ਆ। ਇਹਨੇ ਬਹੁਤ ਖੋਲਣ ਦੀ ਕੋਸ਼ਿਸ਼ ਕਰ, ਹਾਂਜੀ ਚਾਚੀ ਤੋਂ ਸੁੱਟ ਕੇ ਵੀ ਭੱਜ ਗਿਆ। ਹਾਂ, ਇਹਨੂੰ ਪਤਾ ਨਾ ਵੀ ਆਪਾਂ ਉਹ 'ਚ ਜਾਂਦੇ ਹਾਂ, ਹੁਣ ਜਾਂਦੇ ਆ। ਘੁੰਮਿਆ ਬਹੁਤ ਹੈ ਕੀ ਆ ਗੱਡੀ 'ਚ, ਗੱਡੀ ਦਾ ਹਿਸਾਬੀ ਆ ਮੁੰਡਾ ਪੂਰਾ। ਲਓ ਜੀ ਆਪਾਂ ਹਾਈਵੇ 'ਤੇ ਚੜ੍ਹ ਗਏ, ਹੁਣ ਬਸ ਆਪਾਂ ਮੱਠੀ ਮੱਠੀ ਚਾਲ ਚੱਲੀ ਜਾਣਾ ਵਾ। ਅੰਗਦ ਪਿੱਛੇ ਗਾਹ ਪਾ ਰਿਹਾ, ਟਰੈਕਟਰਾਂ ਨੂੰ ਦੇਖ ਦੇਖ, ਟਰੱਕਾਂ ਨੂੰ ਦੇਖ ਦੇਖ, ਸਟਾਪ ਸਟਾਪ ਕਹੀ ਜਾਂਦਾ। ਦਾਦੂ ਨਾਲ ਬੈਠਾ ਜਾਂਦਾ, ਦਾਦੂ ਨਾਲ ਹੋਰ ਮੇਰਾ ਵੀ ਦਿਲ ਘਟਦਾ ਨਹੀਂ ਬਈ, ਇਹ ਚੱਲਿਆ ਹੈ ਇਹਨੂੰ ਸਰ ਸਟਾਪ, ਸਾਨੂੰ ਇਹਦਾ ਥੋੜਾ ਨਹੀਂ ਹੈਗਾ ਜਿੰਨਾ ਇਹਦਾ ਚੱਲ, ਇਹ ਹਾਂ ਕਿੰਨਾ ਪਿਆਰ ਕਰਦਾ ਸੀ ਐਵੇਂ ਥੋੜੀ ਜਿਹੀ ਕਹਿੰਦੇ ਨੇ ਕੋਲ ਨਾਲੋਂ ਵਿਆਜ ਪਿਆਰ। ਆਪਾਂ ਰਾਹ ਵਿੱਚ ਰੁਕੇ ਜੀ ਸ਼੍ਰੀ ਪੰਜੋਖਰਾ ਸਾਹਿਬ। ਮੈਂ ਕਦੇ ਗੁਰਦੁਆਰਾ ਸਾਹਿਬ ਆਇਆ ਨਹੀਂ ਸੀਗਾ, ਸੋ ਮੈਂ ਸੋਚਿਆ ਵੀ ਇਸ ਵਾਰੀ ਜਾਂਦੇ ਹੋਏ ਮੱਥਾ ਟੇਕੀਏ। ਗੁਰਦੁਆਰਾ ਸ਼੍ਰੀ ਪੰਜੋਖਰਾ ਸਾਹਿਬ ਜੀ, ਪਾਤਸ਼ਾਹੀ ਅੱਠਵੀਂ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪਾਵਨ ਸਥਾਨ ਹੈ। ਗੁਰੂ ਸਾਹਿਬ ਜੀ ਦਿੱਲੀ ਨੂੰ ਜਾਂਦੇ ਹੋਏ ਇਸ ਸਥਾਨ 'ਤੇ ਆਏ, 3 ਦਿਨ ਇੱਥੇ ਰਹਿ ਕੇ ਸੰਗਤਾਂ ਨੂੰ ਪਵਿੱਤਰ ਉਪਦੇਸ਼ ਦੇ ਕੇ ਨਿਹਾਲ ਕੀਤਾ। ਉਰੇ ਇੱਕ ਪੰਡਿਤ ਸੀਗਾ ਜੀ ਲਾਲ ਚੰਦ, ਉਹ ਗੁਰੂ ਸਾਹਿਬ 'ਤੇ ਡਾਊਟ ਕਰਦਾ ਸੀਗਾ, ਅਤੇ ਉਹਨਾਂ ਨੇ ਗੁਰੂ ਸਾਹਿਬ ਨੂੰ ਕਿਹਾ ਵੀ ਤੁਸੀਂ ਭਗਵਦ ਗੀਤਾ ਦੇ ਅਰਥ ਕਰੋ। ਫਿਰ ਗੁਰੂ ਸਾਹਿਬ ਨੇ ਉਹਨੂੰ ਕਿਹਾ ਵੀ ਤੂੰ ਕਿਸੇ ਨੂੰ ਵੀ ਲੈ ਆ, ਉਹ ਇੱਕ ਗੂੰਗੇ ਬੋਲੇ ਛੱਜੂ ਨੂੰ ਲੈ ਆਇਆ ਜੀ। ਅਤੇ ਫਿਰ ਗੁਰੂ ਸਾਹਿਬ ਨੇ ਉਹਨੂੰ ਇਸ਼ਨਾਨ ਕਰਵਾ ਕੇ ਕਿਰਪਾ ਕਰਕੇ ਰਹਿਮਤ ਕਰਕੇ ਸਿਰ ਦੇ ਉੱਤੇ ਛੱਟੀ ਰੱਖੀ, ਅਤੇ ਫਿਰ ਉਹਨੇ ਸਾਰੇ ਜੀ ਗੂੰਗੇ ਬੋਲੇ ਬੰਦੇ ਨੇ ਸ਼੍ਰੀ ਭਗਵਤ ਗੀਤਾ ਦੇ ਅਰਥ ਕਰ ਦਿੱਤੇ। ਅਤੇ ਉਸ ਸਮੇਂ ਹੀ ਪੰਡਿਤ ਦਾ ਜੀ ਹੰਕਾਰ ਟੁੱਟ ਗਿਆ ਅਤੇ ਗੁਰੂ ਸਾਹਿਬ ਦੇ ਚਾਨਣਾਂ ਵਿੱਚ ਢਹਿ ਪਿਆ ਅਤੇ ਗੁਰੂ ਸਾਹਿਬ ਦਾ ਸ਼ਰਧਾਲੂ ਸਿੱਖ ਬਣ ਗਿਆ। ਗੁਰੂ ਜੀ ਨੇ ਰੇਤ ਦੀ ਟਿੱਬੀ ਲਾ ਕੇ ਉਹਦੇ ਵਿੱਚ ਨਿਸ਼ਾਨ ਸਾਹਿਬ ਸੁਸ਼ੋਭਿਤ ਕੀਤਾ ਅਤੇ ਵਰ ਦਿੱਤਾ ਕਿ ਅੱਜ ਤੋਂ ਜਿਹੜਾ ਵੀ ਇਸ ਸਥਾਨ ਦੇ ਉੱਤੇ ਸ਼ਰਧਾ ਭਾਵਨਾ ਨਾਲ ਆਵੇਗਾ, ਸਰੋਵਰ ਵਿੱਚ ਇਸ਼ਨਾਨ ਕਰੇਗਾ, ਉਸਦੀ ਹਰ ਇੱਛਾ ਭਾਵਨਾ ਪੂਰੀ ਹੋ ਜਾਵੇਗੀ ਅਤੇ ਜੋ ਵੀ ਕੁਝ ਭੇਟ ਕਰੇਗਾ ਉਹ ਸਾਨੂੰ ਪ੍ਰਵਾਨ ਹੋਵੇਗਾ। ਟਾਇਰ ਦੇਖ ਲਓ ਫੌਜੀਆਂ ਦੀ ਗੱਡੀਆਂ ਦੇ ਕਿੱਡੇ ਨੇ, ਹਨਾ ਜੀ 1200 ਕੁਛ ਦੇ ਘੈਂਟ ਨੇ ਪੂਰੀਆਂ। ਸਾਨੂੰ ਸਾਰੇ ਰਾਹ 'ਚ ਜੀ ਬਸ ਫੌਜੀ ਵੀਰ ਹੀ ਮਿਲ ਰਹੇ ਨੇ, ਅਸੀਂ ਵੀ ਐਵੇਂ ਜਾਂਦੇ ਹੁੰਦੇ ਸੀਗੇ। ਅੱਛਾ ਜੀ, ਅਸੀਂ ਮਾਝੇ ਜਵਾਨ ਹੁੰਦੇ ਸੀਗੇ, ਮਾਝੇ ਕੱਚਾ ਪੱਕਾ, ਅਸੀਂ ਵੀ ਪੁੱਤਰ ਐਵੇਂ ਜਾਂਦੇ ਹੁੰਦੇ ਸੀਗੇ, ਜਦ ਇੱਕ ਜਵਾਨ ਸੀਗੇ ਰਿਕਰੂਟ ਪਿੰਡਾਂ ਪਏ, ਹੌਲਦਾਰ ਬਣ ਕੇ ਕੋਲ ਡਰਾਈਵਰ, ਅੱਛਾ ਡਰਾਈਵਰ ਹੁੰਦਾ ਕੋਲ ਡਰਾਈਵਰ ਜਿਹੜਾ ਨਾਲ ਬਹਿੰਦਾ ਨਾਲ ਦਾ ਹੁੰਦਾ, ਉਹ ਦੱਸਦਾ ਉਹਦੇ ਵਿੱਚ ਬਾਰੀ ਡਰਾਈਵਰ ਜੀ ਵੀ ਉਹ। ਅੱਛਾ, ਹੁਣ ਸਾਨੂੰ ਇਹਨਾਂ ਨੂੰ ਦੇਖ ਕੇ ਵੀ ਜ਼ਿਆਦਾ ਜਾਂਦੀ ਆ, ਬਹੁਤ ਪੈਨਸ਼ਨ ਮਿਲਦੀ ਆ, ਦੇਖ ਲਾ ਪੱਗਾਂ ਤੇ ਜਾਲੇ ਪਾਏ ਹੋਏ, ਹਾਂਜੀ ਪਾਏ ਹੋਏ ਨੇ, ਸਹੀ ਗੱਲ ਆ, ਗਰਮੀ ਆ ਨਾਲੇ ਆਵੇ ਨਾਲੇ ਪੱਗਾਂ ਕਰਨੀ। ਆਹ ਦੇਖੋ ਅੰਗਾ ਦੰਦੀਆਂ ਵੱਢ ਰਿਹਾ ਮੇਰੇ, ਇਹਨੇ ਨੀ ਵੱਢਦਾ, ਇਹਨੂੰ 500 ਰੁਪਇਆ ਨਾਮ, ਜਿੱਦਾਂ ਇਹਦੀ ਸਰਵਿਸ, ਇਹਦੀ ਸਰਵਿਸ ਹੋ ਕੇ ਹਟੀ ਆ, ਵੱਢਦਾ ਸੀ ਦਾਦੂ ਨੇ, ਹੁਣ ਨਹੀਂ ਵੱਢਦਾ ਜੀ, ਇਹਨੂੰ ਪਹਿਲਾਂ ਹੀ ਵੱਢਦੀ ਜਿਹੜੀ ਛੱਡਦੀ ਮੇਰੇ ਵੱਢੀ ਜਾਂਦਾ, ਬੜਾ ਰੁੱਸਿਆ ਹੋਇਆ, ਇਹ ਮੇਰੇ ਵੱਢ ਲਾ ਹੌਲੀ ਜੀ, ਦੇਖ ਦੇ ਬੀਰਾਂ ਟੋਪੀਆਂ ਲਿਖਾਂ ਮੁੰਡਾ ਤਾਂ ਰਹੀ ਗਿਆ। ਅਸੀਂ ਆ ਮੰਨਤ ਰੁਕੇ ਆ, ਡਰਾਈਵਰ ਬਾਈ ਕਹਿੰਦਾ ਉਰੇ ਰੁਕਣਾ ਆਪਾਂ, ਸੋ ਉਰੇ ਆਪਾਂ ਕਿਸੇ ਦੀ ਵੇਟ ਵੀ ਕਰ ਰਹੇ ਆ। ਸਾਨੂੰ ਉੱਤਰ ਦੇ ਇੰਨੇ ਪਿਆਰੇ ਸਬਸਕ੍ਰਾਈਬਰ ਮਿਲੇ, ਅੰਕਲ ਬਾਹਲੇ ਵਧੀਆ ਸੀਗੇ ਹਨਾ, ਮੈਂ ਇਹਨਾਂ ਨੂੰ ਕਈ ਵਾਰੀ ਪੁੱਛਿਆ ਮੈਂ ਕੁਛ ਖਾਣਾ ਕਿ ਨਹੀਂ, ਇਹ ਕਹਿੰਦੇ ਨਹੀਂ, ਪਰ ਮੈਂ ਹੁਣ ਆਪਣਾ ਮਸਾਲਾ ਡੋਸਾ ਆਰਡਰ ਕਰਤਾ ਬਈ, ਹੁਣ ਨਾ ਮੰਗਿਓ ਬਈ ਮੇਰੇ ਡੋਸੇ 'ਚ, ਓਕੇ ਅੰਡਰਸਟੈਂਡ। ਖਾਣਾ ਡੈਡੀ ਜੀ ਮਸਾਲਾ ਡੋਸਾ, ਦਿਸ ਇਜ਼ ਓਨਲੀ ਫੋਰ ਮੀ ਗਾਇਸ। ਪਾਪਾ ਜੀ ਤੇ ਇਹਨਾਂ ਨੇ ਚਾਹ ਪੀਤੀ ਸੀ, ਸੋ ਅੰਗਦ ਨੂੰ ਵੀ ਪਿਆਸ ਲੱਗਿਆ ਜੀ, ਇਹਨੂੰ ਹੁਣ ਫਰੂਟੀ ਲਿਆ ਕੇ ਦਿੱਤੀ ਹੈਗੀ, ਤੇ ਇਹਨੂੰ ਥੋੜ੍ਹਾ ਜਿਹਾ ਡੋਸਾ ਦਿੱਤਾ ਸੀ, ਇਹਨੇ ਲਾਈਕ ਨਹੀਂ ਕੀਤਾ, ਕਹਿੰਦਾ ਮੈਨੂੰ ਤਾਂ ਮਿਰਚ ਲੱਗ ਗਈ, ਜਾਣ ਕੇ ਕਰ ਰਿਹਾ ਸੀ,
ਵੀ ਮੈਨੂੰ ਪੀਣ ਨੂੰ ਦੇਣਗੇ ਇਹ ਪਿਓ ਪੁੱਤ ਖਾਂਦੇ ਆ ਬਾਕੀ ਦੇਖਦੇ ਆ ਅਸੀਂ ਕੋਈ ਗੱਲ ਨਹੀਂ ਬ੍ਰੇਕ ਲੈਣਾ ਮੜੀ ਇੱਕ ਮਿੰਟ ਇਹਨਾਂ ਨੂੰ ਡੋਸਾ ਬਹੁਤ ਪਸੰਦ ਆ ਤਾਂ ਕਰਕੇ ਕਹਿੰਦੇ ਚਲ ਉੱਥੇ ਕਿੱਥੇ ਮਿਲਣਾ ਇੰਡੀਆ ਦਾ ਡੋਸਾ ਉੱਪਰ ਨਾ ਡੁੱਲ ਜੇ ਜੀ ਵੀ ਪਰ ਉੱਥੇ ਵੱਧ ਪਾ ਦਿੰਦਾ ਆ ਇੰਨਾ ਠੀਕ ਠੀਕ ਹੀ ਉਹੀ ਗੱਲ ਹੋ ਗਈ ਆ ਸਾਂਬਰ ਵਿੱਚ ਲੜੀ ਜਾਂਦੀ ਹੈ ਕਹਿੰਦੀ ਮੈਨੂੰ ਸਾਂਬਰ ਤਾਂ ਛੱਡ ਦਿੰਦੇ ਤੇ ਡੁੱਬੇ ਐ ਨਹੀਂ ਮੈਂ ਕਿਹਾ ਇਹਨਾਂ ਨੇ ਮੈਨੂੰ ਐਂਡ ਜੇ ਤੇ ਕਿਹਾ ਜਦੋਂ ਡੋਸਾ ਮੁੱਕਣ ਵਾਲਾ ਸੀ ਕਹਿੰਦੇ ਤੂੰ ਸਾਂਬਰ ਖਾਣਾ ਮੈਂ ਕਿਹਾ ਚਲੋ ਠੀਕ ਆ ਖਾ ਲੂੰਗੀ ਮੇਰਾ ਹੱਥ ਥੋੜੇ ਜਿਹੀ ਆਇਆ ਇਹ ਖਾਣ ਦਾ ਨਹੀਂ ਚਲ ਕੋਈ ਨਾ ਚਾਹੇ ਤੂੰ ਥੋੜਾ ਜਿਹਾ ਐਂਡ ਤੇ ਟੇਸਟ ਤਾਂ ਫਿਰ ਵੀ ਤੂੰ ਕਰ ਗਈ ਉਹ ਤਾਂ ਜੀ ਯਾਰ ਮੈਨੂੰ ਐ ਸੁਣਿਆ ਵੀ ਤੂੰ ਕਿਹਾ ਮੈਂ ਨਹੀਂ ਖਾਣਾ ਮੈਂ ਕਿਹਾ ਹਾਂਜੀ ਅੱਜ ਮੁੰਡਾ ਹੋਇਆ ਉਹ ਤਾਂ ਸਮਾਨ ਫੜ ਲਈਏ ਉਰੇ ਮੇਰਾ ਫਰੈਂਡ ਦੇ ਜੀ ਉਹਦੇ ਕਾਗਜ਼ ਪੱਤਰ ਜੀ ਸੀਗੇ ਉਹ ਫੜ ਕੇ ਲੈ ਕੇ ਜਾਣੇ ਆ ਹਰਿਆਣੇ ਵਾਲੇ ਫਰੈਂਡਾਂ ਦੇ ਕੰਮ ਵੀ ਕਰਨੇ ਪੈਂਦੇ ਆ ਲੋ ਜੀ ਖਾ ਲਈ ਆਪਾਂ ਰੋਟੀ ਮਤਲਬ ਕਿ ਡੋਸਾ ਰੋਟੀ ਆਪਾਂ ਥੋੜੀ ਕਿ ਦੇਰ ਫੇਰ ਅੱਗੇ ਖਾਣੀ ਆ ਆਪਣਾ ਸਾਰਾ ਸਮਾਨ ਤਾਂ ਬੰਦਾ ਪੈਕ ਕਰ ਲੈਂਦਾ ਪਰ ਇਧਰ ਉਧਰੋਂ ਸਮਾਨ ਆਉਂਦਾ ਰਹਿੰਦਾ ਵਾ ਪਰ ਇਸ ਵਾਰੀ ਮੈਨੂੰ ਥੋੜੇ ਜਿਹੇ ਕਾਗਜ਼ ਪੱਤਰ ਲੋਕਾਂ ਦੇ ਜ਼ਿਆਦਾ ਸੀਗੇ ਕਿਉਂਕਿ ਹੁਣ ਬੰਦੇ ਹੀ ਇੰਨੇ ਚਲੇ ਗਏ ਰਿਸ਼ਤੇਦਾਰੀਆਂ ਦੀ ਜਾਣ ਪਛਾਣ ਚੋਂ ਹੀ ਕਿਸੇ ਨਾ ਕਿਸੇ ਦਾ ਕੋਈ ਨਾ ਕੋਈ ਸਮਾਨ ਹੁੰਦਾ ਹੀ ਆ ਤੇ ਬਾਈ ਕਾਗਜ਼ ਪੱਤਰ ਦੇ ਕੇ ਗਈ ਥੋੜੇ ਜਿਹੇ ਤੇ ਉਹਦੇ ਨਾਲ ਆ ਵੀ ਦੇਖ ਕੇ ਗਿਆ ਮੈਨੂੰ ਬਹੁਤ ਕਹਿੰਦਾ ਬਾਈ ਤੁਸੀਂ ਉਹ ਖਾ ਲਿਓ ਕਹਿੰਦਾ ਖਾਣੇ ਵਾਲਾ ਸਮਾਨ ਨਹੀਂ ਹੈ ਮੈਂ ਹੁਣ ਤਾਂ ਅਸੀਂ ਖਾ ਹਟੇ ਆਹਾ ਮੰਨਤ ਸਿਤਾਰਾ ਜਿਹੜਾ ਢਾਬਾ ਉਰੀ ਬੁਲਾਏ ਸੀ ਖੋਲੀ ਇਹ ਚ ਕੀ ਆ ਗੈਸ ਕਰੋ ਵੀ ਕੀ ਆ ਮੈਨੂੰ ਪਤਾ ਨਹੀਂ ਜਿਹੜੀ ਤੁਸੀਂ ਉਹ ਖੋਲੋ ਅੰਗਦ ਵੀ ਖੋਲੂ ਅੰਗਦ ਦੇ ਖੋਲੂਗਾ ਹਾਏ ਚੱਕੋ ਭਾਈ ਦਾ ਡੱਬਾ ਨਾ ਤਾਂ ਅੰਗਦ ਵਾਸਤੇ ਆ ਤੇਰੀ ਉਹ ਡੱਬਾ ਰਹਿਣ ਦੇ ਬਸ ਫਿਰ ਉਹ ਕੱਲਾ ਆ ਉੱਪਰ ਲਾ ਖੋਲ ਉਹ ਚ ਵੀ ਤਾਂ ਦੇਖ ਲਈ ਕੀ ਹੈ ਉਹ ਸੇਮ ਹੀ ਆ ਹੀ ਇਹ ਉਹਦਾ ਵੱਡਾ ਡੱਬਾ ਇਹਦਾ ਛੋਟਾ ਡੱਬਾ ਓਹ ਇਹਨੂੰ ਖਿਲਾ ਦੇ ਸ਼ਾਇਦ ਹਾਂ ਇਹਦੇ ਦੀ ਬਸ ਆ ਵੀ ਇਹੀ ਆ ਹਾਂ ਸੇਮ ਆ ਉਹ ਮੈਨੂੰ ਲੱਗਦਾ ਇੱਕ ਨਾਲ ਇੱਕ ਉਹ ਨਾ ਮਿਲਿਆ ਹੋਵੇ ਸੋ ਗਿਫਟ ਇਹ ਚ ਸੀਗਾ ਜੀ ਰੈਪ ਕੀਤਾ ਹੋਇਆ ਚੋਕੋ ਪਾਈ ਤੇ ਟਰਾਈ ਕਰਦੇ ਆ ਇਹ ਪਹਿਲੀ ਵਾਰ ਸਾਨੂੰ ਜੋਦੇ ਨੇ ਖਵਾਇਆ ਸੀ ਮੈਨੂੰ ਮੈਂ ਤਾਂ ਦਿਖਾਇਆ ਸੀਗਾ ਖਲਾਇਆ ਨਹੀਂ ਸੀਗਾ ਕਿਉਂ ਨਹੀਂ ਖਵਾਇਆ ਸੀ ਜੀ ਨਹੀਂ ਅੰਗਦ ਵਾਸਤੇ ਲਿਆ ਸੀ ਆਪਾਂ ਮੈਂ ਨਹੀਂ ਖਾਦਾ ਸੀਗਾ ਅੱਛਾ ਠੀਕ ਆ ਵਧੀਆ ਨਾਰਮਲ ਵਿੱਚ ਮਾਰਸ਼ਮੈਲੋ ਪਾਇਆ ਚਾਕਲੇਟ ਘਾਟਾ ਸੂਰਜ ਵੀ 6:30 ਛਿਪਣ ਲੱਗਾ ਹਾਂਜੀ ਡੈਡੀ ਹੁਣ ਜੀ ਪਹੁੰਚ ਗਏ ਆਪਾਂ ਹਮੇਸ਼ਾ ਦੀ ਤਰ੍ਹਾਂ ਗੁਲਸ਼ਨ ਢਾਬੇ ਤੇ ਹਮੇਸ਼ਾ ਦੀ ਤਰ੍ਹਾਂ ਉਰੇ ਕੈਮਲ ਵੀ ਹੈਗਾ ਵਾ ਅੰਗਦ ਸੁੱਤਾ ਪਿਆ ਵਾ ਜੀ ਡੈਡੀ ਰੋਟੀ ਖਾਇਆ ਏ ਡੈਡੀ ਤੇ ਵੀਰਾ ਹੁਣ ਮੈਂ ਤੇ ਛੰਨ ਚੱਲੇ ਆ ਰੋਟੀ ਖਾਣ ਥਾਲੀ ਆ ਗਈ ਜੀ ਮੇਰੀ ਹੈਗੀ ਆ ਮਿਡਲ ਵਾਲੀ ਥਾਲੀ ਬੇਸਿਕ ਥਾਲੀ ਤੋਂ ਉੱਪਰ ਜੱਟੀ ਦੀ ਹੈਗੀ ਆ ਸ਼ਾਹੀ ਥਾਲੀ ਬਈ ਯਾਰ ਕੌਲਿੰਗ ਵਾਲੀ ਨੇ ਡੈਡੀ ਡੈਡੀ ਦੀ ਵੀ ਆਈ ਡੈਡੀ ਦੀ ਆਹ ਥਾਲੀ ਸੀਗੀ ਦੇਖੀ ਉਹਨੇ ਐਂ ਕਹਿਣਾ ਵੀ ਗੁਲਾਬ ਜਾਮਣ ਤੇ ਪਨੀਰ ਦੀ ਨੀ ਇਹਨੇ ਗੱਲ ਕੀਤੀ ਡੈਡੀ ਉਹ ਜਾ ਰਹੇ ਨੇ ਮੈਂ ਆ ਜਾ ਰਿਹਾ ਆਪਣੇ ਸਾਰਾ ਸਮਾਨ ਚੱਕੀ ਤੇ ਆ ਜਾ ਰਹੇ ਨੇ ਅੰਗਦ ਤੇ ਸ਼ਰਨ ਇਹ ਕਹਿੰਦਾ ਮੈਂ ਤੇ ਤੁਰ ਕੇ ਜਾਣਾ ਭੱਜਦੇ ਫੜੀ ਫੜੀ ਸੋਹਣੀ ਚਿੜੀ ਡੈਡੀ ਭੀੜ ਬਹੁਤ ਅੱਜ ਹੈ ਨਾ ਏਅਰਪੋਰਟ ਵੀ ਛੋਟਾ ਹੋ ਗਿਆ ਬੰਦੇ ਕੈਨੇਡਾ ਅਮਰੀਕਾ ਨੂੰ ਜਾਣੇ ਵਾਲੀ ਬਹੁਤ ਨੇ ਇੰਗਲੈਂਡ ਨੂੰ ਜਿਵੇਂ ਆਪਣਾ ਲੁਧਿਆਣਾ ਸਟੇਸ਼ਨ ਛੋਟਾ ਹੋ ਗਿਆ ਹਾਂਜੀ ਇਹ ਵੀ ਦਿੱਲੀ ਏਅਰਪੋਰਟ ਛੋਟਾ ਹੋ ਗਿਆ ਅੱਜ ਤਾਂ ਬੰਦੇ ਦੇ ਵਿੱਚ ਬੰਦਾ ਵੱਜ ਰਿਹਾ ਉੱਪਰ ਜਾਣਾ ਥੱਲੇ ਸਾਡਾ ਵੈਸੇ 11 ਵਜੇ ਆਉਣ ਦਾ ਐਸਟੀਮੇਟ ਸੀਗਾ ਉਰੇ ਤੇ ਅਸੀਂ ਸਹੀ ਟਾਈਮ ਤੇ ਆਏ ਆ ਹੁਣ ਦੇਖੋ ਅੱਗੇ ਕੀ ਬਣਦਾ ਮੈਨੂੰ ਤਾਂ ਕਰ ਰਹੇ ਇੱਕ ਹੋਰ ਪਾਰੀ ਗੱਲ ਦੱਸ ਮੈਂ ਤਾਂ ਕਰ ਲੈਂਦੇ ਬਣ ਗਿਆ ਕੈਨੇਡਾ ਵਾਲਾ 1 ਮਿੰਟ ਚ ਦੇਖੋ ਆ ਗਿੱਕ ਗਿੱਕ ਹਾਂ ਗਿੱਕ ਹੁਣ ਤਾਂ ਮੰਮੀ ਕੋਲੇ ਜਾਊਗਾ ਲੋ ਜੀ ਪਹੁੰਚ ਕੇ ਦੇਖੋ ਚਲ ਤੁਸੀਂ ਰੈਡੀ ਚਲੀ ਜਾਓ ਚਾਹੇ ਉਰੇ ਖੜ ਜਾ ਲਓ ਅੰਦਰ ਵੜ ਕੇ ਦੇਖੋ ਤੇ ਫਿਰ ਮੈਂ ਨਾਲੇ ਵੜ ਜਾਵਾਂ ਇਹ ਵੀ ਨਹੀਂ ਪਤਾ ਹੈਗਾ ਅੱਜ ਤੱਕ ਨਹੀਂ ਉਹ ਕਿਸੇ ਨੂੰ ਦੱਸਦੇ ਹੋ ਨਾ ਵੀ ਕਿਤੇ ਨੂੰ ਦੱਸਿਓ ਨਾ ਵੀ ਕਟੈਚੀ ਚ ਯੋਧਾ ਪਾਇਆ ਹੋਇਆ ਨਾਲ ਹੀ ਉਹਦੇ ਨੂੰ ਲੈ ਚੱਲੇ ਅਸੀਂ ਕਿੰਨਾ ਰਾਸ਼ਾ ਸਮਾਨ ਜਮਾ ਕਰਵਾ ਦਿੱਤਾ ਹਾਂਜੀ ਉਹ ਕੋਈ ਨਾ ਆਪਾਂ ਨੂੰ ਕੋਈ ਰਾਸ਼ ਨਹੀਂ ਡੈਡੀ ਇਹ ਤਾਂ ਕਹਿੰਦੀ ਮੈਂ ਜਾਣਾ ਨਹੀਂ ਡੈਡੀ ਇਹਦਾ ਜਿੱਦਣ ਮੰਮੀ ਯੋਧਾ ਚਲੇ ਗਏ ਇਹ ਤਾਂ ਫੋਨ ਵੀ ਨਹੀਂ ਕਰਿਆ ਕਰਨੇ ਇਹਦੇ ਅਜੇ ਜੀ ਲੱਗ ਗਿਆ ਜੇ ਨਾ ਹੋਵੇ ਤੇਰਾ ਵੱਧ ਜੀ ਲੱਗੇ ਨਾ
ਜਿਵੇਂ ਦੀ ਟੀਮ ਸੌਣ ਦੀ ਸੀ ਸਵੇਰ ਦੀ ਦੁਪਹਿਰ ਦੀ ਹੈ ਇਹਦੀ ਅੱਜ ਦੀ ਬਿਗੜੀ ਆ ਸੱਚੀ ਗੱਲ ਆ ਨਹੀਂ ਇਹ ਡੈਡੀ ਚਲੋ ਇਹਨਾਂ ਦਾ ਵੀ ਮੈਂ ਸਮਝਦੀ ਆ ਇਹ ਕੰਮ ਬਹੁਤ ਹੁੰਦਾ ਹੈ ਡੈਡੀ ਦਾ ਸਾਰਾ ਤੇ ਫਿਰ ਆ ਨਹੀਂ ਮੇਰੇ ਆਉਣ ਕਰਕੇ ਤਾਂ ਨਹੀਂ ਵਿਗੜੀ ਮੈਂ ਤਾਂ ਸੰਭਾਲਦਾ ਬੱਚੇ ਨੂੰ ਇਹਦਾ ਰੁਮਾਲ ਚੱਕ ਕੇ ਨਹੀਂ ਗੱਡੀ ਜੀ ਕੀ ਆ ਚੱਲ ਫਾਈਨਲ ਆਸ਼ਾ ਨੂੰ ਤਾਂ ਜਾਣਾ ਕਿ ਨਹੀਂ ਮੈਨੂੰ ਇੱਕ ਵਾਰੀ ਕਹਿ ਦਿਓ ਮੈਂ ਵੀ ਚੱਲ ਸਾਰੀ ਗੱਲ ਤਾਂ ਹੋਈ ਫਿਰ ਚੱਲਾਂ ਮੈਂ ਜਾਣਾ ਨਾਲ ਵੀ ਆਰੇ ਫੱਕ ਗਏ ਅਸੀਂ ਤਾਂ ਚਲੋ ਆ ਬੁੜਰਾ ਕਰ ਦੇ ਬੁੜਰਾ ਬੁੜਰਾ ਕੀ ਆ ਕਬੂ ਆਏ ਓਏ